ਦਿੱਲੀ ਨਿਵਾਸ ਵਿੱਚ ਵਸ ਜਾਵੇ ਸਭ ਸਾਂਝੇ ਪੀਰ ਪੈਗੰਬਰ ਇੱਕ ਮਾਲਕ ਦੇ ਬੱਚਿਆ ਕੀ ਸਰਦਾਰ ਕੀ ਮੁਹੰਮਦ ਇੱਕ ਮਾਲਕ ਦੇ ਬੱਚਿਆ ਕੀ ਸਰਦਾਰ ਕੀ ਮੁਹੰਮਦ ਸਾਡਾ ਮੁਸਲਮਾਨ ਵੀਰਾਂ ਨਾਲ ਬਹੁਤ ਵੱਡਾ 9 ਮਾਸ ਦਾ ਨਾਤਾ, ਬੜੀ ਖੁਸ਼ੀ ਹੋਈ ਆ। ਤਰਨਾ ਦਲ ਹਰੀਆਂ ਵੇਲਾਂ ਮਿਸਲ ਸ਼ਹੀਦਾਂ ਸਿੰਘ ਸਾਹਿਬ, ਬਾਬਾ ਨਿਹਾਲ ਸਿੰਘ ਜੀ ਜਿੰਦੇ ਸ਼ਹੀਦ, ਉਹਨਾਂ ਦੀ ਸੰਪਰਦਾਇ ਦੇ ਨਾਲ ਤੁਸੀਂ ਆ ਕੇ ਜਿਹੜਾ ਤੁਸੀਂ ਬੈਠ ਕੇ ਲੰਗਰ ਛਕਿਆ, ਸਾਨੂੰ ਬਹੁਤ ਖੁਸ਼ੀ ਹੋਈ ਆ, ਬਹੁਤ ਖੁਸ਼ੀ ਹੋਈ ਆ। ਇਤਿਹਾਸ ਦੱਸਦਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਵਿੱਚ ਸੰਸਾਰ ਵਿੱਚ ਸਭ ਤੋਂ ਪਹਿਲਾਂ ਜੇ ਕਿਸੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਨੂਰ ਵਾਲੇ ਮੁਖੜੇ ਨੂੰ ਵੇਖਣ ਦਾ ਮਾਣ ਪ੍ਰਾਪਤ ਕੀਤਾ ਸੀ ਤਾਂ ਇੱਕ ਮੁਸਲਮਾਨ ਦਾਈ ਦੌਲਤ ਸੀ। ਪਰਿਵਾਰਕ ਸਾਂਝ ਹੈ ਸਾਡੀ ਅਤੇ ਇਹਨਾਂ ਦੇ ਆਪਾਂ ਜਾਣੇ ਆਉਂਦੇ ਸਾਡਿਆਂ ਦੇ ਹਰ ਦੁੱਖ ਸੁੱਖ ਦੇ ਵਿੱਚ ਆਪਾਂ ਇਕੱਠੇ ਹੁੰਦੇ ਹਾਂ ਅਤੇ ਅੱਜ ਇੰਨਾ ਵਧੀਆ ਲੱਗਿਆ ਵੀ ਸਾਰੇ ਰਲ ਮਿਲ ਕੇ ਆਪਾਂ ਬੈਠੇ ਲੰਗਰ ਛਕਦੇ ਹਾਂ, ਕਿੰਨਾ ਵਧੀਆ ਲੱਗਿਆ। ਇਹ ਕੰਮ ਕਰਕੇ ਸਾਡੇ ਮਨ ਨੂੰ ਜਿਹੜਾ ਸਕੂਨ ਮਿਲ ਰਿਹਾ, ਗੁਰੂ ਜੀ ਉੱਪਰ ਕੁਛ ਨਹੀਂ ਕਹਿ ਸਕਦੇ ਕਿ ਸਾਡਾ ਜਿਹੜਾ ਰਿਸ਼ਤਾ ਸਿੱਖ ਭਾਈਆਂ ਨਾਲ ਆ, ਜਿਹੜਾ 9 ਮਾਸ ਦਾ ਰਿਸ਼ਤਾ, ਅਤੇ ਬਸ ਸਕੂਨ ਮਿਲਦਾ ਸਾਨੂੰ ਇਹ ਚੀਜ਼ ਕਰਕੇ, ਇਸੇ ਕਰਕੇ ਇੰਨੀ ਦੂਰੋਂ ਅਸੀਂ ਚੱਲ ਕੇ ਸਾਡੇ ਭਾਈਆਂ ਕੋਲ ਆਏ ਹਾਂ ਅੱਜ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਅਸੀਂ ਖੜ੍ਹੇ ਹਾਂ ਪਾਕ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਹਰੀਆਂ ਵੇਲਾਂ ਕਰਕੇ ਜੋ ਨਾਂ ਦੇ ਨਾਲ ਮਸ਼ਹੂਰ ਨੇ। ਅੱਜ ਜਿਹੜਾ ਮਲੇਰਕੋਟਲਾ ਦੇ ਵਿੱਚ ਸਿੱਖ ਮੁਸਲਿਮ ਸਾਂਝਾ ਫਰੰਟ ਵੱਲੋਂ ਲੰਗਰ ਲਗਾਇਆ ਗਿਆ ਸੀ, ਕੇਲੇ ਅਤੇ ਜਿਹੜੇ ਪਾਣੀ ਦਾ ਜਿਹੜਾ ਸੰਗਤ ਨੂੰ ਛਕਾਇਆ ਗਿਆ ਸੀ, ਉਸ ਤੋਂ ਬਾਅਦ ਹੁਣ ਖੁਦ ਲੰਗਰ ਲਗਾਉਣ ਤੋਂ ਬਾਅਦ ਖੁਦ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਉਹ ਲੰਗਰ ਛਕਣ ਆਏ ਨੇ, ਪੰਗਤ ਦੇ ਵਿੱਚ ਬੈਠੇ ਨੇ। ਅੱਜ ਇਸ ਮਾਹੌਲ ਨੂੰ ਦੇਖ ਕੇ ਐਵੇਂ ਲੱਗਦਾ ਹੈ ਕਿ ਅਸੀਂ 550 ਸਾਲ ਪਿੱਛੇ ਚਲੇ ਗਏ ਹੋਈਏ। ਉਹ ਦੌਰ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਲੰਗਰ ਵੀ ਬਗੈਰ ਕਿਸੇ ਭੇਦਭਾਵ ਤੋਂ, ਬਗੈਰ ਕਿਸੇ ਮਜ਼ਹਬਾਂ ਦੀ ਊਚ ਨੀਚ ਤੋਂ ਇਸੇ ਤਰੀਕੇ ਨਾਲ ਚੱਲਦਾ ਸੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਹਰੀਆਂ ਬੇਲਾਂ ਦੇ ਵਿੱਚੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦੇਖ ਸਕਦੇ ਹੋ। ਅੱਜ ਜਿਹੜਾ ਹੋਲੇ ਮਹੱਲੇ ਮੌਕੇ ਲੰਗਰ ਲਗਾਇਆ ਗਿਆ ਸੀ, ਉਸ ਤੋਂ ਬਾਅਦ ਜਿਹੜਾ ਇਸ ਥਾਂ ਦੇ ਉੱਤੇ ਗੁਰਦੁਆਰੇ ਦੇ ਇਸੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਲੰਗਰ ਲਗਾਇਆ ਗਿਆ ਸੀ। ਇਸ ਗੁਰਦੁਆਰੇ ਦੇ ਪ੍ਰਬੰਧਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਅੱਜ ਸਾਡੇ ਨਾਲ ਇੱਥੇ ਹੀ ਪੰਗਤ ਦੇ ਵਿੱਚ ਬੈਠੇ ਨੇ, ਲੰਗਰ ਛਕਾਉਣ ਆਏ ਨੇ, ਖੁਦ ਵੀ ਲੰਗਰ ਛਕਣਗੇ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਕਦੇ ਉਮੀਦ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਦੌਰ ਵੀ ਦੇਖੋਗੇ ਕਿ ਮੁਸਲਮਾਨ ਭਾਈਚਾਰਾ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਸੰਗਤ ਨੂੰ, ਸਿੱਖ ਸੰਗਤ ਨੂੰ ਲੰਗਰ ਛਕਾ ਰਿਹਾ? ਸਭ ਤੋਂ ਵੱਡੀ ਬੇਨਤੀ ਇਹ ਆ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਏਕ ਨੂਰ ਤੇ ਸਭ ਜਗ ਉਜਿਆ ਕੋ ਭਲੇ ਕੋ ਮੰਦੇ। ਸਤਿ ਸੰਗਤ ਜੀ, ਸਾਡਾ 9 ਮਾਸ ਦਾ ਨਾਤਾ ਮੁਸਲਮਾਨ ਵੀਰਾਂ ਨਾਲ। ਬਾਬੇ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਮਹਾਰਾਜ ਬਾਬੇ ਫਰੀਦ ਜੀ ਦੀ ਬਾਣੀ, ਮਹਾਨ ਪਵਿੱਤਰ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ, ਉਹ ਸੁਖਮ ਸ੍ਰੀ ਮਹਾਂਪੁਰਸ਼ ਬਾਬਾ ਜੀ ਜਿਨ੍ਹਾਂ ਨੇ ਨੀਂਹ ਪੱਥਰ ਰੱਖਿਆ, ਮੀਆਂ ਮੀਰ ਜੀ ਨੇ। ਦੂਸਰਾ
ਤੇ ਜੇ ਬਾਬੇ ਬੁੱਧੂ ਸ਼ਾਹ ਦੀ ਗੱਲ ਕਰੀਏ, ਬਾਬੇ ਭੀਖਮ ਸ਼ਾਹ ਦੀ ਗੱਲ ਕਰੀਏ, ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪਟਨੇ 'ਚ ਹੋਇਆ, ਇਹ ਕੜਾਮ ਦੀ ਧਰਤੀ 'ਚ ਰਹਿੰਦੇ ਪਟਿਆਲੇ ਦੇ ਕੋਲ, ਅਤੇ ਅੱਜ ਇਹਨਾਂ ਨੇ ਸਵੇਰੇ ਜਿਹੜੀ ਸਵੇਰ ਵਾਲੀ ਫਜ਼ਲ ਦੀ ਨਵਾਜ਼ ਸੀ ਇਹਨਾਂ ਨੇ ਚੜ੍ਹਦੇ ਨੂੰ ਮੂੰਹ ਕਰਕੇ ਕੀਤੀ। ਅਤੇ ਇਹਨਾਂ ਦੇ ਸ਼ਿਸ਼ ਇਹਨਾਂ ਦੇ ਮਰੀਦ ਪੁੱਛਦੇ ਆ, ਬਾਬਾ ਜੀ ਤੁਹਾਡੇ ਦਿਮਾਗ ਨੂੰ ਕੋਈ ਗੱਲ ਤਾਂ ਨਹੀਂ ਹੋ ਗਈ, ਅੱਜ ਤੁਸੀਂ ਪੁੱਠੀ ਨਵਾਜ਼ ਕਿਉਂ ਪੜ੍ਹੀ ਆ? ਬਾਬਾ ਭੀਖਮ ਸ਼ਾਹ ਜੀ ਕਹਿੰਦੇ ਉਹ ਨਹੀਂ, ਮੈਂ ਭੁੱਲਿਆ ਨਹੀਂ, ਜਿਸ ਅੱਲਾਹ ਤਾਲਾ ਨੂੰ ਮੈਂ ਛਿਪਦੇ ਨੂੰ ਨਵਾਜ਼ ਜਿਹਦੇ ਚਰਨਾਂ 'ਚ ਪੜ੍ਹਦਾ ਸੀ ਅੱਜ ਉਹ ਇੱਧਰ ਪ੍ਰਗਟ ਹੋ ਗਿਆ ਸਰੀਰ ਕੱਟ। ਤੋ ਨੌ ਮਾਸ ਦਾ ਨਾਤਾ ਮੁਸਲਮਾਨ ਵੀਰਾਂ ਨਾਲ, ਜੇ ਗੱਲ ਕਰੀਏ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਚਮਕੌਰ ਦੀ ਗੜੀ, ਔਰੰਗਜ਼ੇਬ ਦੀਆਂ ਹਰਕਤਾਂ ਤੋਂ, ਪਹਾੜੀ ਰਾਜਿਆਂ ਦੀਆਂ ਹਰਕਤਾਂ ਤੋਂ ਜੋ ਜੰਗ ਛਿੜਿਆ, ਉਸ ਤੋਂ ਬਾਅਦ ਸਤਸੰਗ ਜੀ ਗਨੀ ਖਾਂ ਅਤੇ ਮਨੀ ਖਾਂ, ਗਨੀ ਖਾਂ ਅਤੇ ਮਨੀ ਕਮੀ ਨਵੀਂ ਖਾਂ, ਇਹਨਾਂ ਦੋਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਚ ਦੇ ਪੀਰ ਬਣਾ ਕੇ ਮਹਾਰਾਜ ਨੂੰ ਆਪਣੇ ਮੋਢਿਆਂ ਦੇ ਕੰਧਿਆਂ ਚੱਕ ਕੇ ਆਲਮਗੀਰ ਤੱਕ ਮਹਾਰਾਜ ਦੀ ਸੇਵਾ ਕੀਤੀ। ਸਾਡਾ ਮੁਸਲਮਾਨ ਵੀਰਾਂ ਨਾਲ ਬਹੁਤ ਵੱਡਾ ਨੌ ਮਾਸ ਦਾ ਨਾਤਾ, ਬੜੀ ਖੁਸ਼ੀ ਹੋਈ ਆ। ਤਰਨਾ ਦਲ ਹਰੀਆਂ ਵੇਲਾਂ ਮਿਸਲ ਸ਼ਹੀਦਾਂ ਸਿੰਘ ਸਾਹਿਬ, ਬਾਬਾ ਨਿਹਾਲ ਸਿੰਘ ਜੀ ਜਿੰਦੇ ਸ਼ਹੀਦ, ਉਹਨਾਂ ਦੀ ਸੰਪਰਦਾਈ ਦੇ ਨਾਲ ਤੁਸੀਂ ਆ ਕੇ ਜਿਹੜਾ ਤੁਸੀਂ ਬੈਠ ਕੇ ਲੰਗਰ ਛਕਿਆ, ਸਾਨੂੰ ਬਹੁਤ ਖੁਸ਼ੀ ਹੋਈ ਆ, ਬਹੁਤ ਖੁਸ਼ੀ ਹੋਈ ਆ। ਪਰ ਬਾਬਾ ਜੀ, ਬਹੁਤ ਸਾਰੇ ਮਸਲਿਆਂ ਦੇ ਵਿੱਚ ਦੋ ਚਾਰ ਲੋਕਾਂ ਦੀ ਸਜ਼ਾ ਸਾਰੀ ਕੌਮ ਨੂੰ ਦੇ ਦਿੰਦੇ ਨੇ, ਸਾਰੀ ਕੌਮ ਨੂੰ ਹੀ ਮਾੜਾ ਸਮਝ ਲੈਂਦੇ ਨੇ, ਉਹ ਲੋਕਾਂ ਨੂੰ ਕੀ ਕਹੋਗੇ? ਉਹਨਾਂ ਬਾਰੇ ਇਹ ਹੈ ਕਿ ਉਹਨਾਂ ਦੀ ਨਿਪੜਤਾ ਹੈ, ਕੌਣ ਜਾਣ ਆਣ, ਕੋਈ ਵੀ ਕਿਸੇ ਕੌਮ ਵਿੱਚ ਬੰਦਾ ਮਾੜਾ ਨਹੀਂ ਹੁੰਦਾ, ਕੌਮ ਨਹੀਂ ਮਾੜੀ ਹੁੰਦੀ, ਬੰਦੇ ਮਾੜੇ ਹੁੰਦੇ ਆ, ਉਹ ਜਿਹੜੀ ਇੱਕ ਮੈਂ ਲਿਬੜੀ ਨਾ ਉਹ ਦੂਸਰਿਆਂ ਲਵੇਟ ਦਿੰਦੀ ਆ। ਜੇ ਹੁਣ ਇਸ ਗੱਲ ਦਾ ਸੋਚੀਏ ਵੀ ਉਹ ਜਿਹੜਾ ਮਰੇਰਕੋਟਲੇ ਦੀ ਗੱਲ ਕਰਦੇ ਹਾਂ, ਨਾਹਰ ਖਾਂ ਦੀ ਸੋਚ ਏਡੀ ਉੱਚੀ ਆ ਕਿ ਅੱਜ ਮਰੇਰਕੋਟਲਾ ਦੇਖੋ ਕੈਸੇ ਸੁੰਦਰ ਕਿਆ ਭਾਈਚਾਰੇ ਨਾਲ ਵਸ ਰਿਹਾ, ਤੇ ਜੇ ਕੋਈ ਨਫ਼ਰਤ ਵਾਲਾ ਬੰਦਾ ਨਫ਼ਰਤ ਕਰਦਾ ਸੀ ਉਹਨੂੰ ਸਿਆਣਾ ਨਹੀਂ ਸਮਝਦੇ, ਅਸੀਂ ਉਹਦੀ ਸੋਚ ਮਾੜੀ ਹੈ, ਸਭ ਇੱਕ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਇੱਕ ਨੂਰ ਸੇ ਸਭ ਜਬ ਉਪਜਿਆ ਕਹੋ ਭਲੇ ਕੋ ਮੰਦੇ, ਤਾਂ ਫਿਰ ਸਾਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ। ਅਤੇ ਬੰਦਾ ਮਾੜਾ ਹੋ ਸਕਦਾ, ਬੰਦੇ ਨੂੰ ਕਹਿ ਦਿਓ ਔਰੰਗਜ਼ੇਬ ਨੂੰ ਕਹਿ ਦਿਓ ਮਾੜਾ, ਅਤੇ ਭੀਖਮ ਸ਼ਾਹ ਨੂੰ ਜੇ ਕਵੇ ਤਾਂ ਫਿਰ ਇਹਨੂੰ ਨਜਾਇਜ਼ ਨਹੀਂ ਹੈ। ਤੁਸੀਂ ਦੇਖਿਆ ਕਿ ਬਾਬਾ ਜੀ ਨੇ ਵੀ ਕਿਹਾ ਕਿ ਕੋਈ ਕੌਮ ਮਾੜੀ ਨਹੀਂ ਹੁੰਦੀ, ਕੌਮ ਦੇ ਵਿੱਚ ਜਿਹੜੇ ਬੰਦੇ ਨੇ ਉਹ ਖਰਾਬ ਕਰਨ ਵਾਲੇ ਹੁੰਦੇ ਨੇ, ਉਸ ਕਰਕੇ ਕੌਮ ਬਦਨਾਮ ਹੋ ਜਾਂਦੀ ਹੈ। ਡਾਕਟਰ ਸਾਹਿਬ, ਅੱਜ ਤੁਸੀਂ ਇੱਕ ਇਤਿਹਾਸ ਸਿਰਜ ਕੇ ਆਏ ਹੋ, ਤੁਸੀਂ ਪਾਕ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਲੰਗਰ ਦੀ ਸ਼ੁਰੂਆਤ ਕੀਤੀ ਹੈ, ਤੁਹਾਨੂੰ ਲੱਗਦਾ ਹੈ ਕਿ ਜਿਹੜੀ ਰਵਾਇਤ ਤੁਹਾਨੇ ਸ਼ੁਰੂ ਕੀਤੀ ਹੈ ਇੱਥੇ ਇਸ ਧਰਤੀ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਲੰਗਰ ਨੇ ਮੁਸਲਮਾਨ ਭਾਈਚਾਰੇ ਵੱਲੋਂ ਲਗਾਏ ਜਾਣੇ ਚਾਹੀਦੇ ਨੇ? ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਇਸ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ। ਜਦੋਂ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਨਗਰ ਕੀਰਤਨ ਆਇਆ ਸੀ ਤਾਂ ਦਸੂਹੇ ਵਿਖੇ ਵੀ ਮੁਸਲਿਮ ਭਾਈਚਾਰੇ ਵੱਲੋਂ ਲੰਗਰ ਲਗਾਇਆ ਗਿਆ ਸੀ। ਉਸ ਤੋਂ ਬਾਅਦ ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ, ਤਮਲੇ ਕੋਲੇ ਵਿਖੇ ਵੀ ਨਗਰ ਕੀਰਤਨ ਦੇ ਵੈਲਕਮ ਲਈ, ਉਹਨਾਂ ਦੇ ਸਵਾਗਤ ਲਈ ਬਹੁਤ ਬੜਾ ਇੱਕ ਲੰਗਰ ਲਗਾਇਆ ਗਿਆ ਸੀ। ਅਤੇ ਅੱਜ ਅਸੀਂ ਇੱਥੇ ਹੋਲਾ ਮਹੱਲੇ 'ਤੇ ਪਹੁੰਚੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਕ ਧਰਤੀ 'ਤੇ ਲੰਗਰ ਲਾਉਣ ਲਈ। ਉਹੀ ਸਾਂਝਾਂ ਨੂੰ ਜਿਹੜੀ ਗੁਰੂ ਸਾਹਿਬ ਨੇ, ਸ਼੍ਰੀ ਗੁਰੂ ਨਾਨਕ ਸਾਹਿਬ ਨੇ ਕਾਇਮ ਕੀਤੀਆਂ ਰਹੀਆਂ, ਜਦੋਂ ਭਾਈ ਮਰਦਾਨਾ ਉਹਨਾਂ ਦੇ ਨਾਲ ਰਹੇ, ਜਿਵੇਂ ਮੈਂ ਸਵੇਰੇ ਵੀ ਕਿਹਾ ਸੀ,
ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਅਸਥਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਰਬਾਬੀ ਮਰਦਾਨਾ, 12 ਭਾਈ ਗੁਰਦਾਸ ਬਾਰ ਪਹਿਲੀ ਪੰਨਾ ਨੰਬਰ 35 'ਤੇ ਹੈ, ਅਤੇ ਇਸ ਕਰਕੇ ਸਾਡੇ ਤਾਂ ਸਾਂਝਾਂ ਸਕੂਲ 'ਚ ਚਲੀਆਂ ਆ ਰਹੀਆਂ ਨੇ। ਔਰ ਇਤਿਹਾਸ ਦੱਸਦਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ 'ਚ ਸੰਸਾਰ ਵਿੱਚ ਸਭ ਤੋਂ ਪਹਿਲਾਂ ਜੇ ਕਿਸੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਨੂਰ ਵਾਲੇ ਮੁਖੜੇ ਨੂੰ ਵੇਖਣ ਦਾ ਮਾਣ ਪ੍ਰਾਪਤ ਕੀਤਾ ਸੀ ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਸੀ, ਠੀਕ ਹੈ। ਔਰ ਜਿਹੜਾ ਰਾਏਬਲਾਰ ਮੁਹੰਮਦ ਪੱਟੀ ਸੀ ਉਹਨੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਨਾਮ 750 ਮੁਰੱਬੇ ਜ਼ਮੀਨ, ਯਾਨੀ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ 90,000 ਵਿਘੇ ਜ਼ਮੀਨ ਲਗਾਈ ਸੀ, ਜਿਸ ਪਰ ਅੱਜ ਸ਼੍ਰੀ ਨਨਕਾਣਾ ਸਾਹਿਬ ਆਬਾਦ ਹੈ। ਸਾਡੀਆਂ ਤਾਂ ਸਾਂਝਾਂ ਸ਼ੁਰੂ 'ਚ ਚਲੀਆਂ ਆ ਰਹੀਆਂ ਨੇ, ਪਰ ਵਿਚਕਾਰ 'ਚ ਉਹ ਜਿਵੇਂ ਬਾਬਾ ਜੀ ਨੇ ਕਿਹਾ ਕਿਸੇ ਇੱਕ ਬੰਦੇ ਦੇ ਮਾੜੇ ਨਾਲ ਸਾਰੀ ਕੌਮ ਮਾੜੀ ਨਹੀਂ ਹੋ ਸਕਦੀ, ਗੁਰਬਾਣੀ ਵੀ ਇਹੀ ਕਹਿੰਦੀ ਹੈ, ਅਹਿਕਰ ਕਰੇ ਸੋ ਅਹਿਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾ ਮਹੱਲਾ 5 ਅੰਗ 407 ਹੈ, ਕਿਸੇ ਇੱਕ ਦੇ ਕਿਤੇ ਦੋਸ਼ ਨੂੰ ਦੂਜੇ ਨੂੰ ਫੜਨਾ ਕੋਈ ਯੋਗ ਤਾਂ ਚੰਗੀ ਗੱਲ ਨਹੀਂ ਹੈ, ਜਿਸਦਾ ਦੋਸ਼ ਹੋਵੇ ਉਸੇ ਨੂੰ ਸਜ਼ਾ ਦਿੱਤੀ ਜਾਵੇ, ਕਿਉਂਕਿ ਕਰੇ ਕੋਈ ਭਰੇ ਕੋਈ, ਇਹ ਗੱਲ ਨਿਆਂਪੂਰਵਕ ਨਹੀਂ ਕਹੀ ਜਾ ਸਕਦੀ। ਜੇ ਇਸ ਤਰ੍ਹਾਂ ਦੇ ਮਾੜੇ ਲੋਕ ਨੇ ਤਾਂ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਨੀਹਾਂ 'ਚ ਚਰਵਾਇਆ ਜਾ ਰਿਹਾ ਸੀ ਤਾਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਉੱਥੇ ਹਾਦਾ ਨਾਰਾ ਮਾਰਦੇ ਹੋਏ ਕਿਹਾ ਵੀ ਤੇਰੀ ਲੜਾਈ ਜਿਹੜੀ ਹੈ ਅਗਰ ਕੋਈ ਹੈ ਤਾਂ ਇਹਨਾਂ ਦੇ ਪਿਤਾ ਨਾਲ ਹੈ, ਇਹਨਾਂ ਮਾਸੂਮ ਬੱਚਿਆਂ ਨੇ ਤੈਰਾਕੀ ਵਿਗਾੜਿਆ ਹੈ। ਔਰ ਇਸਲਾਮ ਵਿੱਚ ਇਸਲਾਮੀ ਸ਼ਰ੍ਹਾਂ ਅਨੁਸਾਰ 7 ਔਰ 9 ਸਾਲ ਦੇ ਬੱਚਿਆਂ ਨੂੰ ਲਈ ਕੋਈ ਸਜ਼ਾ ਹੀ ਨਹੀਂ ਹੈ, ਅਤੇ ਬੱਚਿਆਂ ਤੋਂ ਸਜ਼ਾ ਦਿੱਤੀ ਜਾ ਨਹੀਂ ਸਕਦੀ ਹੈਗੀ। ਅਤੇ ਅੱਜ ਵੀ ਉਹ ਮਲੇਰਕੋਟਲੇ ਧਰਤੀ ਨੂੰ ਵਰ ਦਿੱਤਾ ਹੋਇਆ ਸ਼੍ਰੀ ਗੁਰੂ ਸਾਹਿਬ ਦਾ ਮਲੇਰਕੋਟਲੇ ਪਵਿੱਤਰ ਜਿਹੜੀ ਇਤਿਹਾਸਿਕ ਧਰਤੀ ਹੈ, ਅਤੇ ਉਸ ਸਾਂਝ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਸੀ। ਸੋ ਤੁਸੀਂ ਦੇਖਿਆ ਜੀ ਜੀ, ਕੁਛ ਹੋਰ ਸਾਡੇ ਨਾਲ ਬਜ਼ੁਰਗ ਬਾਬਾ ਜੀ ਹੈਗੇ ਨੇ, ਕੀ ਕਹੋਗੇ? ਲੋਕ ਰਾਜ ਕੱਲੋ ਨੂੰ ਜੋ ਤੀਰ ਨਾਲ ਲੋਕ ਕੱਢਦੇ ਸੀਗੇ, ਰਾਜ ਕੱਲੋ ਰਾਜ ਕੱਲੇ ਦਾ ਮਤਲਬ ਜੋ ਕਹਿਣ ਲੱਗੇ ਨਾ ਮਹਾਰਾਜ ਵੀ ਇਹਦੀ ਜਿਹੜੇ ਜ਼ੁਲਮ ਕਰਦੇ ਨੇ ਇਹਨਾਂ ਦੀ ਜੜ ਪੱਟਦੇ ਆ, ਫਿਰ ਰਾਜ ਕੱਲੇ ਨੇ ਹੱਥ ਬੰਨ ਕੇ ਕਿਹਾ ਮਹਾਰਾਜ ਵੀ ਤੁਸੀਂ ਸਾਰਿਆਂ ਨੂੰ ਲੋਕ ਕਹਿੰਦੇ, ਮਹਾਰਾਜ ਕਹਿੰਦੇ ਨਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜ਼ੁਲਮ ਦੀ, ਫਿਰ ਪੱਟੀ ਵੀ ਗਈ ਉਹਨਾਂ ਦੀ ਜੜ ਪੱਟੀ ਵੀ ਗਈ, ਕਰਦਾ ਜਿਹੜਾ ਮਾੜਾ ਕਰਦਾ ਉਹਦੀ ਜੜ ਪੱਟੀ ਜਾਊਗੀ, ਜਿਹੜਾ ਨਾਲ ਸਹਿਮਤ ਹੈ ਉਹ ਉਹਨਾਂ ਦੀ ਨਹੀਂ ਪੱਟੋ, ਕੋਈ ਨੁਕਸਾਨ ਹੋਊਗਾ। ਸੋ ਤੁਸੀਂ ਦੇਖਿਆ ਕਿ ਇੱਥੇ ਸੰਗਤ ਦੇ ਵਿੱਚ ਜਿਹੜੇ ਬੈਠੇ ਨੇ ਲੋਕ ਬੜੇ ਵਧੀਆ ਤਰੀਕੇ ਨਾਲ, ਮੁਸਲਿਮ ਭਾਈਚਾਰੇ ਦੇ ਲੋਕ ਵੀ ਨੇ। ਕੀ ਨਾਂ ਹੈ ਜੀ ਤੁਹਾਡਾ? ਮੁਹੰਮਦ ਅਨਵਾਰ ਜੀ। ਅਨਵਾਰ ਸਾਹਿਬ, ਤੁਸੀਂ ਮੈਨੂੰ ਲੱਗਦਾ ਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਕੇ ਲੰਗਰ ਛਕਿਆ, ਕਿਹੋ ਜਿਹਾ ਲੱਗਿਆ ਤੁਹਾਨੂੰ? ਬਹੁਤ ਅੱਛਾ ਵੈਸੇ ਦਾ, ਬਹੁਤ ਭਾਈਚਾਰਾ ਸਾਂਝ ਹੋ ਰਹੀ ਸਾਡੀ ਸਾਡੀ ਤਾਂ ਪਹਿਲਾਂ ਤੋਂ ਹੀ ਬਹੁਤ ਭਾਈ ਆ ਸਾਂਝ ਸੀ, ਅਤੇ ਸਾਡੇ ਵਿਚਕਾਰ ਕੁਛ ਦੁਸ਼ਮਣ ਅਨਾਸਰ ਨੇ ਵਿਤਕਰੇ ਪਾ ਤੇ, ਠੀਕ ਹੈ ਨਾ, ਉਹ ਸਾਡੇ ਧਰਮ ਇਤਿਹਾਸ ਨੂੰ ਜਿਹੜਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਉਹ ਸਾਡਾ ਹੁਣ ਵੱਖਰੇ ਸੀ ਮੁੜ ਤੋਂ, ਫਿਰ ਉਹਨੂੰ ਦੁਬਾਰਾ ਅਸੀਂ ਭਾਈਚਾਰਾ ਸਾਂਝਾ ਅਤੇ ਵਿੱਚ ਆਏ ਹਾਂ, ਅਤੇ ਇੱਥੇ ਜੇ ਆਇਆ ਸੀ ਬਹੁਤ ਅੱਛਾ ਮਹਿਸੂਸ ਹੋ ਰਿਹਾ ਸਾਨੂੰ, ਬਹੁਤ ਧੰਨਵਾਦ। ਸੋ ਇੱਕ ਬਾਬਾ ਜੀ ਹੋਰ ਵੀ ਨੇ, ਉਹ ਕੁਛ ਕਹਿਣਾ ਚਾਹੁੰਦੇ ਨੇ, ਉਹਨਾਂ ਦੇ ਜਜ਼ਬਾਤ ਨੇ, ਸਮਝਾਂਗੇ ਕਿਹੋ ਜਿਹੇ ਜਜ਼ਬਾਤ ਨੇ, ਇਹੋ ਜਿਹਾ ਮਾਹੌਲ ਦੇਖ ਕੇ ਮੈਨੂੰ ਵੀ ਲੱਗਦਾ ਕਿ ਬੈਠ ਜਾਣਾ ਚਾਹੀਦਾ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਦੇ ਸੋਚਿਆ ਸੀ ਕਿ ਇਹੋ ਜਿਹਾ ਮਾਹੌਲ ਵੀ ਸਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਆਉਣਗੇ, ਪਹਿਲਾਂ ਲੰਗਰ ਲਗਾਉਣਗੇ ਅਤੇ ਫਿਰ ਗੁਰੂ ਘਰ ਦਾ ਲੰਗਰ ਛਕਣਗੇ, ਉਹ ਵੀ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ ਬਹਿ ਕੇ, ਤੁਹਾਡੇ ਵਰਗੇ ਮੁਹਤਬਰ ਜਥੇਦਾਰ ਸਾਹਿਬਾਨ ਨਾਲ ਬਹਿ ਕੇ। ਬਹੁਤ ਵਧੀਆ ਲੱਗਿਆ, ਸਤਿਗੁਰ ਦੀ ਬਾਣੀ ਦਾ ਫਰਮਾਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਭੇ ਸਾਂਝੀ ਬਾਲ ਸਦਾਏ ਨੂੰ ਕੋਈ ਨਾ ਦੱਸਿਆ ਮਹਾਰਾਜ ਜੀ। ਉਹ ਜਦੋਂ ਆਪਾਂ ਰਲ ਮਿਲ ਕੇ ਇੱਕਜੁੱਟ ਹੋ ਕੇ ਬੈਠਾਂਗੇ ਅਤੇ ਕੋਈ ਵੀ ਸਮੱਸਿਆ ਸਾਡੀ ਹੋਊਗੀ, ਚਾਹੋ ਸਿੱਖ ਧਰਮ ਦੀ ਹੈ ਚਾਹੇ ਮੁਸਲਿਮ ਧਰਮ ਦੀ ਹੈ, ਹੈ ਨਾ, ਉਹ ਆਪਾਂ ਨਜਿੱਠ ਸਕਦੇ ਰਲ ਮਿਲ ਕੇ ਜੇਕਰ ਆਪਾਂ ਇਕੱਠੇ ਬੈਠੀਏ, ਅਤੇ ਇਹਦੇ ਨਾਲ ਬਹੁਤ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ। ਬੜਾ ਮਨ ਨੂੰ ਖੁਸ਼ੀ ਹੋਈ ਅੱਜ ਦੇਖ ਕੇ ਸਾਰਾ ਕੁਛ, ਹੈ ਨਾ। ਅਤੇ ਡਾਕਟਰ ਸਾਹਿਬ ਸਾਡੇ, ਜਿਨ੍ਹਾਂ ਤੋਂ 30 ਸਾਲ ਦਾ ਮੇਰਾ ਪਿਆਰ ਇਹਨਾਂ ਦੇ ਨਾਲ, ਅਸੀਂ ਪਰਿਵਾਰਕ ਸਾਂਝ ਹੈ ਸਾਡੀ, ਅਤੇ ਇਹਨਾਂ ਦੇ
ਆਪਾਂ ਜਾਂਦੇ ਹਾਂ ਨਹੀਂ ਸਾਡੇ ਆਉਂਦੇ ਜਾਂਦੇ ਹਰ ਦੁੱਖ ਸੁੱਖ ਦੇ ਵਿੱਚ ਆਪਾਂ ਇਕੱਠੇ ਹੁੰਦੇ ਹਾਂ ਅਤੇ ਅੱਜ ਇੰਨਾ ਵਧੀਆ ਲੱਗਿਆ ਵੀ ਸਾਰੇ ਰਲ ਮਿਲ ਕੇ ਆਪਾਂ ਬੈਠੇ ਲੰਗਰ ਛਕਦੇ ਹਾਂ, ਕਿੰਨਾ ਵਧੀਆ ਲੱਗਿਆ, ਮੈਨੂੰ ਬਹੁਤ ਖੁਸ਼ੀ ਹੋਈ। ਰੱਬ ਅੱਲਾ ਇਸੇ ਤਰ੍ਹਾਂ ਸਾਡਾ ਪਿਆਰ ਬਣਾਈ ਰੱਖੇ ਜੀ ਜੀ। ਆਮੀਨ, ਅਸੀਂ ਵੀ ਇਹ ਦੁਆ ਕਰਦੇ ਹਾਂ ਕਿ ਇਸ ਤਰੀਕੇ ਨਾਲ ਜਿਹੜਾ ਸਾਡਾ ਪਿਆਰ ਹੈ, ਮੁਹੱਬਤ ਹੈ, ਉਹ ਬਣੀ ਰਹੇ। ਕੁਛ ਕੁ ਹੋਰ ਸੰਗਤ ਵੀ ਇੱਥੇ ਜਿਹੜੀ ਆਈ ਹੋਈ ਹੈ, ਉਹਨਾਂ ਦੀ ਭਾਵਨਾਵਾਂ ਵੀ ਅਸੀਂ ਸਮਝਦੇ ਹਾਂ, ਕੋਸ਼ਿਸ਼ ਕਰਦੇ ਹਾਂ, ਪੁੱਛਦੇ ਹਾਂ ਉਹਨਾਂ ਤੋਂ ਕਿਹੋ ਜਿਹਾ ਉਹਨਾਂ ਨੂੰ ਲੱਗ ਰਿਹਾ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਕਦੇ ਮੁਸਲਮਾਨਾਂ ਨੂੰ ਲੰਗਰ ਛਕਾਇਆ? ਲੰਗਰ ਦਾ ਘਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਆਚਾਰ ਦੀ ਸੇਵਾ ਕਰਨ ਲੱਗੇ। ਹਾਂਜੀ ਹਾਂਜੀ। ਕਦੇ ਛਕਾਇਆ, ਕਦੇ ਸੋਚਿਆ ਸੀ ਕਿ ਇਸ ਗੁਰਦੁਆਰੇ 'ਚ ਮੁਸਲਮਾਨ ਆ ਕੇ ਲੰਗਰ ਛਕਣਗੇ? ਅਸੀਂ ਤਾਂ ਸੋਚਿਆ ਦਾ ਸਗਾ ਸਾਡਾ ਇੱਕੋ ਹੀ ਆ ਸਾਡਾ ਸਭ। ਹਾਂਜੀ ਹਾਂ ਜੀ 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 ਜੀ। ਪਰ ਇਹਨਾਂ ਨੂੰ ਪਤਾ ਨਹੀਂ, ਪਰ ਜਿਸ ਢੰਗ ਨਾਲ ਅੱਜ ਆਪਾਂ ਬੈਠ ਕੇ ਗੱਲ ਕੀਤੀ ਆ, ਵਿਚਾਰ ਕੀਤੇ, ਵਿਚਾਰ ਸਾਂਝੇ ਕੀਤੇ ਆ, ਧਰਮ ਦੀ ਗੱਲ ਕੀਤੀ ਆ, ਪਰ ਅੱਜ ਉਹ ਪਹਿਲੀ ਵਾਰੀ ਇਹ ਹੋਈ ਆ ਹਰੀਆਂ ਵੇਲਾਂ ਦੇ ਗੁਰਦੁਆਰਾ ਸਾਹਿਬ, ਅਜੀਤ ਸਰ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ। ਜੀ ਜੀ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਇੱਥੇ ਸੰਗਤ ਹੋਰ ਵੀ ਜਿਹੜੀ ਹੈ ਲੰਗਰ ਛਕ ਰਹੀ ਹੈ, ਜਿਹੜੇ ਨੌਜਵਾਨ ਵਰਗ ਵੀ ਇੱਥੇ ਲੰਗਰ ਛਕ ਰਿਹਾ ਬੜੇ ਉਤਸ਼ਾਹ ਦੇ ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਸੀਂ ਇਸ ਮਾਹੌਲ ਦੇ ਵਿੱਚ ਜਦੋਂ ਤੁਸੀਂ ਬੈਠੇ ਹੋਏ ਇੱਥੇ, ਮੁਸਲਮਾਨ ਭਾਈਚਾਰਾ ਵੀ ਤੁਹਾਡੇ ਨਾਲ ਬੈਠਾ ਹੈ, ਕਿਹੋ ਜਿਹਾ ਲੱਗਦਾ? ਬਹੁਤ ਵਧੀਆ ਹੈ। ਉਪਰਾਲੇ ਹੋਣੇ ਚਾਹੀਦੇ ਨੇ ਇੱਦਾਂ ਦੇ? ਇੱਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ, ਸਾਰੀ ਸੰਗਤ ਰਲ ਮਿਲ ਕੇ ਇਕੱਠੇ ਹੋ ਕੇ ਬਹਿੰਦੀ ਹੈ, ਸਾਰਾ ਵਧੀਆ ਲੱਗਦਾ ਮਾਹੌਲ। ਅਤੇ ਤੁਹਾਨੂੰ ਨਹੀਂ ਲੱਗਦਾ ਸੀ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਜਿਹੜੀ ਗਲਵੱਕੜੀ ਨਿਕਲ ਗਈ ਸੀ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ, ਉਹ ਕਰਤਾਰਪੁਰ ਲਾਂਘੇ ਦੀ ਬਾਬੇ ਦੀ ਮਿਹਰ ਹੋਈ ਹੈ ਗੁਰੂ ਨਾਨਕ ਸਾਹਿਬ ਦੀ, ਉਹ ਫਿਰ ਇੱਕ ਦੂਸਰੇ ਲਈ ਗਲਵੱਕੜੀ ਲਈ ਉਹ ਬਾਹਾਂ ਤਰਸ ਰਹੀਆਂ ਨੇ, ਅਤੇ ਅੱਜ ਇੱਦਾਂ ਦਾ ਮਾਹੌਲ ਬਣਿਆ ਕਿ ਫਿਰ ਜੱਫੀਆਂ ਪੈਣ ਲੱਗੀਆਂ ਨੇ? ਹਾਂਜੀ ਹਾਂਜੀ, ਵਧੀਆ ਸਭ ਵਧੀਆ ਹੋ ਗਿਆ ਆ, ਅਤੇ ਚਲੋ ਮਹਾਰਾਜ ਦੀ ਕਿਰਪਾ ਹੋ ਜਾਊਗੀ ਵੀ ਜਿਹੜਾ ਵੀਜ਼ਾ ਵੀ ਮਿਲਦਾ ਹੈ, ਵੀਜ਼ੇ ਤੋਂ ਬਗੈਰ ਵੀ ਬੰਦੇ ਆਉਣ ਜਾਣ ਲੱਗ ਪੈਣਗੇ, ਚਲੋ ਮਹਾਰਾਜ ਹੌਲੀ ਹੌਲੀ ਕਿਰਪਾ ਕਰ ਦੇਣਗੇ। ਹਾਂਜੀ ਸਭ ਵਧੀਆ ਹੋ ਗਿਆ ਜੀ। ਜੀ ਜੀ। ਸੋ ਤਸਵੀਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਹਰੀਆਂ ਵੇਲਾਂ ਦੀਆਂ, ਜਿੱਥੇ ਜਿਹੜੀਆਂ ਬੀਬੀਆਂ ਵੀ ਨੇ ਇੱਥੇ ਬੜੇ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਲੰਗਰ ਹੈ ਜਿਹੜਾ ਬੜੇ ਪਿਆਰ ਨਾਲ ਇੱਥੇ ਦੇ ਸੇਵਾਦਾਰਾਂ ਵੱਲੋਂ ਛਕਾਇਆ ਜਾ ਰਿਹਾ ਹੈ। ਠੀਕ ਹੈ, ਅਤੇ ਅਸੀਂ ਤਸਵੀਰਾਂ 'ਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ, ਕਿਹੜੇ ਪ੍ਰਬੰਧਨ ਦੇ ਨਾਲ ਇੱਥੇ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਮੁਸਲਮਾਨ ਵੀਰਾਂ ਨੂੰ ਸਾਡੀਆਂ ਬੀਬੀਆਂ ਨੇ ਲੰਗਰ ਛਕਾਇਆ, ਬੜੇ ਉਤਸ਼ਾਹ ਦੇ ਵਿੱਚ ਨੇ, ਉਹਨਾਂ ਦੀਆਂ ਭਾਵਨਾਵਾਂ ਵੀ ਸਮਝਾਂਗੇ ਕਿ ਕਿਹੋ ਜਿਹਾ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਜਦੋਂ ਇੱਦਾਂ ਦੇ ਮਾਹੌਲ ਦੇ ਵਿੱਚ, ਇੱਦਾਂ ਦੇ ਫੰਕਸ਼ਨ ਦੇ ਵਿੱਚ ਇਹੋ ਜਿਹੇ ਲੋਕ ਜਿਹੜੇ ਉਹ ਆਉਂਦੇ ਨੇ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਸੀਂ ਦੇਖਿਆ, ਤੁਸੀਂ ਬੜੇ ਉਤਸ਼ਾਹ ਨਾਲ, ਮੈਂ ਤੁਹਾਨੂੰ ਦੇਖ ਰਿਹਾ ਸੀ ਕਿ ਤੁਸੀਂ ਦੇਖ ਰਹੇ ਹੋ, ਤੁਸੀਂ ਲੰਗਰ ਛਕਾਇਆ ਮੁਸਲਮਾਨ ਵੀਰਾਂ ਨੂੰ, ਅੱਜ ਲੰਗਰ ਛਕਾਇਆ, ਕਦੇ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਕਿ ਇਸ ਗੁਰਦੁਆਰੇ ਆ ਕੇ ਜਦੋਂ ਤੁਸੀਂ ਸੇਵਾ ਕਰੋਗੇ, ਤੁਸੀਂ ਮੁਸਲਮਾਨ ਲੋਕਾਂ ਨੂੰ, ਉਸ ਮੁਸਲਮਾਨ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਨਾਲ ਬਹੁਤ ਲੰਬੀਆਂ ਲੰਬੀਆਂ ਸਾਂਝਾਂ ਰਹੀਆਂ ਨੇ, ਕਦੇ ਲੰਗਰ ਛਕਾਇਆ, ਕੀ ਕਿਹੋ ਜਿਹੀ ਭਾਵਨਾ ਮੈਂ ਤੁਹਾਡੀ, ਮੈਂ ਸੋਚਣੀ ਚਾਹੁੰਦਾ। ਐਕਚੁਅਲੀ 'ਚ ਮੈਂ ਖੁਦ ਦੇਖ ਰਹੀ ਸੀ, ਮੈਂ ਬੜੀ ਮਤਲਬ ਇੰਸਪਾਇਰ ਹੋਈ। ਇਹ ਇਕੁਐਲਿਟੀ ਨੂੰ ਸ਼ੋਅ ਕਰਦਾ ਹੈ ਕਿ ਕੋਈ ਵੀ ਭੇਦਭਾਵ ਨਹੀਂ ਹੈ, ਸਾਰੇ ਧਰਮ ਮਤਲਬ ਸਾਰੇ ਰਿਲੀਜੀਅਨਸ ਸੇਮ ਆ, ਇਕੁਐਲਿਟੀ ਆ, ਮਤਲਬ ਆਈ ਐਪਰੀਸ਼ੀਏਟ ਦੈਟ ਸਟੈਪ ਨਾ, ਬਹੁਤ ਵਧੀਆ ਲੱਗਾ ਇਹ ਦੇਖ ਕੇ ਨਾ। ਹੁਣ ਇੱਕ ਮੁਸਲਮਾਨਾਂ ਦੀ ਜਿਹੜਾ ਅਕਸ ਹੈ ਉਹ ਬੜਾ ਖਰਾਬ ਕਰਕੇ ਪੇਸ਼ ਕੀਤਾ ਹੋਇਆ ਲੋਕਾਂ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸਹੀ ਹੈ, ਸਹੀ ਹੋ ਰਿਹਾ, ਇਹੋ ਜਿਹੇ ਕਦਮ ਰਲ ਮਿਲ ਕੇ ਅੱਗੇ ਲਈ ਪਟਨੇ ਚਾਹੀਦੇ ਨੇ, ਹੋਰ ਪਾਸੇ ਤੋਂ ਵੀ ਇਹੋ ਜਿਹੇ ਮੁਸਲਮਾਨ ਭਾਈਚਾਰੇ ਸਿੱਖ ਭਾਈਚਾਰੇ ਨੂੰ?
ਐਕਚੁਅਲੀ ਚ ਤਾਂ ਇਹ ਹੋਣਾ ਚਾਹੀਦਾ ਆ, ਹੁਣ ਲੋਕ ਕਾਫੀ ਟਾਈਮ ਤੋਂ ਇੱਥੇ ਰਹਿ ਰਹੇ ਆ ਹੈ ਨਾ, ਹੁਣ ਇੱਕਦਮ ਉਹਨਾਂ ਨੂੰ ਐਕਸਪੈਲ ਕਰਨਾ ਇੰਨੀ ਅੱਛੀ ਗੱਲ ਵੀ ਨਹੀਂ ਹੈਗੀ ਹੈ ਨਾ। ਇਹ ਤਾਂ ਮਤਲਬ ਮੇਰੇ ਹਿਸਾਬ ਨਾਲ ਤਾਂ ਇਹ ਚੀਜ਼ ਹੋਣੀ ਚਾਹੀਦੀ ਆ, ਸਾਰਿਆਂ ਨੂੰ ਕੰਪਰੋਮਾਈਜ਼ ਕਰਨਾ ਚਾਹੀਦਾ ਹੈ। ਹਾਂਜੀ, ਥੈਂਕ ਯੂ ਸੋ ਮਚ ਜੀ ਜੀ। ਸੋ ਤੁਸੀਂ ਦੇਖਿਆ ਕਿ ਸਿਰਫ ਨਾ ਕੇਵਲ ਲੰਗਰ ਵਰਤਾਉਣ ਵਾਲਿਆਂ ਦੇ ਵਿੱਚ, ਸਗੋਂ ਜਿਹੜਾ ਲੰਗਰ ਦੀਆਂ ਰੋਟੀਆਂ ਬਣਾਉਣ ਵਾਲਿਆਂ ਦੇ ਵਿੱਚ ਵੀ ਓਨੇ ਹੀ ਉਤਸ਼ਾਹ ਹੈ, ਜਿਹੜਾ ਉਤਸ਼ਾਹ ਹੈ। ਔਰ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਚਾਈ ਚਾਈ ਜਿਹੜਾ ਇੱਥੇ ਲੰਗਰ ਹੈ ਬੀਬੀਆਂ ਵੱਲੋਂ ਬਣਾਇਆ ਜਾ ਰਿਹਾ, ਔਰ ਉਹਨਾਂ ਨੇ ਖਾਸ ਕਰਕੇ ਸਾਨੂੰ ਕਿਹਾ ਕਿ ਜਿਹੜੀ ਸਾਡੀ ਵੀਡੀਓ ਵੀ ਉਹ ਜ਼ਰੂਰ ਬਣਾਈ ਜਾਵੇ। ਸੋ ਇੱਥੇ ਸਿਰਫ ਨਾ ਸਿਰਫ ਜਿਹੜਾ ਲੰਗਰ ਛਕਿਆ ਗਿਆ, ਸਗੋਂ ਮੁਸਲਮਾਨ ਵੀਰਾਂ ਦੀ ਜਿਹੜੀ ਲੰਗਰ ਦੇ ਵਿੱਚ ਸੇਵਾ ਵੀ ਉਹ ਨਿਭਾ ਰਹੇ ਨੇ, ਸੇਵਾ ਕਰ ਰਹੇ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਭਾਵਨਾ ਹੈਗੀ ਹੈ ਇਸ ਵੇਲੇ। ਲੰਗਰ ਪਹਿਲਾਂ ਉਹਨਾਂ ਨੇ ਵਰਤਾਇਆ, ਫਿਰ ਲੰਗਰ ਛਕਿਆ, ਅਤੇ ਹੁਣ ਜਲਦੀ ਸੇਵਾ ਜਿਹੜੀ ਇੱਕ ਮੁਸਲਮਾਨ ਵੀਰ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਉਹ ਕੀਤੀ ਜਾ ਰਹੀ ਹੈ। ਅਸੀਂ ਗੱਲ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸੇਵਾ ਹੈ ਉਹ ਮੁਸਲਿਮ ਵੀਰ ਵੱਲੋਂ ਇੱਥੇ ਕੀਤੀ ਜਾ ਰਹੀ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਨਸੀਰ ਅਖਤਰ ਵੀ ਜਿਹੜੀ ਸੇਵਾ ਹੈਗੀ ਆ, ਖੀਰ ਦੀ ਸੇਵਾ ਉਹ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਬੜੇ ਚਾਈ ਚਾਈ ਪ੍ਰਸ਼ਾਦੇ ਨੇ ਜਿਹੜੇ ਉੱਥੇ ਇਹਨਾਂ ਨੂੰ ਦਿੱਤੇ ਜਾ ਰਹੇ ਨੇ। ਕੀ ਨਾਮ ਹੈ ਵੀਰ ਜੀ ਤੁਹਾਡਾ? ਮੁਹੰਮਦ ਕਫੀਲ ਜੀ। ਕਫੀਲ ਸਾਹਿਬ, ਅੱਜ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਹੋ, ਲੰਗਰ ਦੇ ਵਿੱਚ ਤੁਸੀਂ ਲੰਗਰ ਛਕਿਆ ਵੀ, ਤੁਸੀਂ ਹੁਣ ਲੰਗਰ ਛਕਾ ਵੀ ਰਹੇ ਹੋ, ਇਸ ਤੋਂ ਪਹਿਲਾਂ ਵੀ ਤੁਸੀਂ ਲੰਗਰ ਵਰਤਾਇਆ, ਕੀ ਭਾਵਨਾਵਾਂ ਨੇ, ਕੀ ਮਾਨਸਿਕਤਾ, ਕਿਹੋ ਜਿਹਾ ਵਿਚਾਰ ਹੈ, ਜਿਹੜਾ ਕਿਹੋ ਜਿਹੇ ਥਾਊਟ ਨੇ ਦਿਮਾਗ ਦੇ ਵਿੱਚ ਚੱਲ ਰਹੇ? ਸਰ, ਬਸ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਇਹ ਕੰਮ ਕਰਕੇ ਸਾਡੇ ਮਨ ਨੂੰ ਜਿਹੜਾ ਸਕੂਨ ਮਿਲ ਰਿਹਾ ਪੂਰੇ ਦੇ ਉੱਪਰ। ਕੁਛ ਨਹੀਂ ਕਹਿ ਸਕਦੇ ਕਿ ਸਾਡਾ ਜਿਹੜਾ ਰਿਸ਼ਤਾ ਸਿੱਖ ਭਾਈਆਂ ਨਾਲ ਜਿਹੜਾ 9 ਮਾਸ ਦਾ ਰਿਸ਼ਤਾ, ਅਤੇ ਬਸ ਸਕੂਨ ਮਿਲਦਾ ਸਾਨੂੰ ਇਹ ਚੀਜ਼ ਕਰਕੇ, ਇਸੇ ਕਰਕੇ ਇੰਨੀ ਦੂਰੋਂ ਅਸੀਂ ਚੱਲ ਕੇ ਸਾਡੇ ਭਾਈਆਂ ਕੋਲ ਆਏ ਹਾਂ ਅੱਜ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਤਸਵੀਰਾਂ ਗੁਰਦੁਆਰਾ ਹਰੀਆਂ ਬੇਲਾਂ ਦੀਆਂ, ਜਿੱਥੇ ਮੁਸਲਿਮ ਮਾਨ ਭਾਈਚਾਰੇ ਨੇ ਪਹਿਲਾਂ ਗੁਰਦੁਆਰੇ ਦੇ ਬਿਲਕੁਲ ਬਾਹਰ ਮੇਨ ਗੇਟ ਦੇ ਬਾਹਰ ਪਹਿਲਾਂ ਲੰਗਰ ਲਗਾਇਆ, ਅਤੇ ਉਸ ਤੋਂ ਬਾਅਦ ਆ ਕੇ ਖੁਦ ਵੀ ਲੰਗਰ ਛਕਿਆ, ਅਤੇ ਹੁਣ ਲੰਗਰ ਦੇ ਵਿੱਚ ਸੇਵਾ ਵੀ ਕਰ ਰਹੇ ਨੇ ਮੁਸਲਮਾਨ ਭਾਈਚਾਰੇ। ਔਰ ਸਿੱਖ ਭਾਈਚਾਰੇ ਦੇ ਲੋਕਾਂ ਦਾ ਇਹੋ ਕਹਿਣਾ ਹੈ ਕਿ ਇਹੋ ਜਿਹੇ ਕਦਮ ਨੇ ਜਿਹੜੇ ਉਹ ਵਧਾਉਂਦੇ ਰਹਿਣਾ ਚਾਹੀਦਾ ਹੈ ਇਨਸਾਨੀਅਤ ਦੇ ਨਾਤੇ, ਕਿਉਂਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਸੇ ਸਭ ਜਗ ਉਪਜਿਆ, ਕੌਣ ਭਰੇ ਕੌਲ ਮੰਦੇ। ਸੋ ਫਿਲਹਾਲ ਇਹ ਜਿਹੜੀ ਵੀਡੀਓ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ, ਧੰਨਵਾਦ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ। ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ। ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 98879 65612 98817 71820।